ਐ ਕੀ ਪਿਆ ਕਰਨਾ ਹੈ, ਕਿਹਨਾਂ ਬੰਦਿਆਂ ਦੀ ਪ੍ਰੋਬਲਮ ਵੀ ਹੈ, ਉਹਨਾਂ ਦੀ ਮੈਡੀਕਲੀ ਵੀ ਪ੍ਰੋਬਲਮ ਹੋ ਸਕਦੀ ਹੈ, ਉਹ ਅਲੀ ਨਾਲ ਠੀਕ ਨਹੀਂ ਰਹਿ ਸਕਦੇ, ਕਿਹਨਾਂ ਦੀ ਖਾਨਦਾਨੀ ਪ੍ਰੋਬਲਮ ਹੈ, ਪਿਓ ਦਾਦਿਓਂ ਵੈਰ ਆ ਰਿਹਾ, ਮੇਰਾ ਅੱਲਾ ਤੂੰ ਬਾਦਸ਼ਾਹ ਹੈ, ਇਹਨੂੰ ਉਠਾ, ਇਹਦੇ ਬਾਰੋ ਬਾਰ ਸਾਡੀ ਕਬੂਲ ਕਰ। ਫਰਮਾਇਆ ਦੋ ਟਕੇ ਦਿਆ ਨਿਮਾਜ਼ੀਆ, ਨਿਮਾਜ਼ਾਂ ਤੇ ਮਾਣ ਹੈ, ਮੈਂ ਅਹਿਲੇ ਬੈਤ ਦੇ ਬਾਰੋ ਬਾਰ ਇਬਾਦਤ ਕਬੂਲ ਕਰ ਜਾਂ, ਮੈਂ ਖੁਦਾ ਹੀ ਨਹੀਂ ਰਹਿੰਦਾ। ਮਾਲਿਕ ਤੂੰ ਅੱਲਾ ਹੀ ਨਹੀਂ ਰਹਿੰਦਾ, ਫਰਮਾਇਆ ਮੈਂ ਅਦਲ ਹੀ ਨਹੀਂ ਰਹਿੰਦਾ ਮੇਰਾ ਮਾਲਿਕ, ਮੈਨੂੰ ਸਮਝ ਨਹੀਂ। ਫਰਮਾਇਆ ਮੈਂ ਸਮਝਾਉਂਦਾ, ਮੈਂ ਮਿਸਾਲ ਦੇਣਾ, ਮੈਂ ਮਿਸਾਲ ਦੇਣਾ, ਬਹੁਤ ਸੰਭਲ ਕੇ। ਇਮਰਾਨ ਅਲੀ ਮੈਂ ਜਨਾਬ ਅਸ਼ਰਾ ਪੜ੍ਹਨ ਆ ਰਿਹਾ, ਦੁਸ਼ਮਣੀ ਮੇਰੀ ਕਿਸੇ ਬੰਦੇ ਨਾਲ, ਉਹ ਪਤਾ ਲੱਗਿਆ ਸ਼ਾਹ ਉੱਥੇ ਪੜ੍ਹਦਾ ਪਿਆ, ਉਹ ਐਡਰੈਸ ਲੈਂਦਾ ਪਤਾ ਕਰਦਾ, ਮਜਲਿਸ ਵਿੱਚ ਆ ਗਿਆ। ਜ਼ਾਕਰ ਕਿੱਥੇ? ਉਹਨਾਂ ਕਿਹਾ ਉਹ ਬੈਠੇ, ਕਿਉਂ? ਅੱਜ ਨਹੀਂ ਛੱਡਦਾ ਮੈਂ, ਲੱਭ ਗਿਆ ਇਕੱਲਾ, ਅੱਜ ਲਾਸ਼ ਹੀ ਜਾਏਗੀ। ਮਲਕਾਂ ਪੁੱਛਿਆ ਕੌਣ ਹੈ ਤੂੰ? ਉਹਨਾਂ ਆਖਿਆ ਮੈਂ ਸ਼ਾਹ ਦਾ ਦੁਸ਼ਮਣ। ਉਹਨਾਂ ਕਿਹਾ ਖਬਰਦਾਰ, ਹੱਥ ਵੀ ਨਾ ਲਾਈ, ਵੇਖਣਾ ਵੀ ਨਹੀਂ ਉਹਦੇ ਵੱਲ, ਅਸੀਂ ਸੱਯਦ ਹੈ ਅਤੇ ਘਰ ਬੁਲਾਏ ਹੈ, ਇੱਥੇ ਉਹਨੂੰ ਨਹੀਂ ਮਾਰਨਾ, ਸਾਨੂੰ ਮਾਰਨਾ ਹੀ ਨਾ, ਸਾਡੀ ਲਾਸ਼ ਤੋਂ ਲੰਘ ਕੇ ਹੱਥ ਲਾਉਣਾ ਹੀ। ਹੁਣ ਉਸ ਆਖਿਆ ਪਛਾਣ ਜੋ, ਮੈਂ ਛੱਡਣਾ ਹੀ ਨਹੀਂ। ਉਹਨਾਂ ਆਖਿਆ ਤੂੰ ਵੇਖਣਾ ਵੀ ਨਹੀਂ, ਖਬਰਦਾਰ, ਬੰਦੇ ਕੀ ਆਖਣਗੇ, ਘਰ ਬੁਲਾ ਕੇ ਮਰਵਾਇਆ ਨੇ, ਫਲਾਂ ਜਗ੍ਹਾ ਪੈ ਪੜਦਾ ਹੀ, ਫਲਾਂ ਜਾ ਉੱਥੇ ਟੁਰ ਜਾ, ਇੱਥੇ ਨਹੀਂ ਅਸੀਂ ਮਾਰਾਂਗੇ। ਉਹ ਹੱਥੀਂ ਪਿਆ, ਮਲਕ ਅੱਗੇ ਹੋ ਗਏ, ਉਹਨਾਂ ਸੱਟ ਮਾਰੀਏ, ਚੰਡ ਮੇਰੀ ਜਲ ਉਹਨਾਂ ਲਈਏ, ਦੁਸ਼ਮਣ ਮੇਰੇ ਵੱਟਾ ਮਾਰਿਆ, ਅੱਗੇ ਮਲਕ ਖਲੋ ਗਿਆ, ਅੱਲਾ ਨਾ ਕਰੇ ਵੈਰ ਮੇਰਾ, ਗੱਲ ਮਲਕਾਂ ਪਾ ਲਿਆ, ਸੱਟ ਮੇਰੀ ਉਹਨਾਂ ਝੱਲੀ, ਗੁੱਸਾ ਮੇਰਾ ਉਹਨਾਂ 'ਤੇ ਨਿਕਲਿਆ, ਦੁਸ਼ਮਣੀ ਮੇਰੀ ਉਹਨਾਂ ਗੱਲ ਪਾ ਲਈ, ਖੂਨ ਖਰਾਬਾ ਹੋਇਆ ਅਤੇ ਉਹਨਾਂ ਦਾ ਕੱਪੜੇ ਫਟੇ ਅਤੇ ਉਹਨਾਂ ਦੇ, ਮੈਂ ਮਹਿਫੂਜ਼ ਹੋ ਗਿਆ, ਮੇਰਾ ਦੁਸ਼ਮਣ ਮੈਨੂੰ ਮਾਰਦਾ ਹੀ ਅੱਗੇ ਹੁੰਦੇ ਆ, ਲੜਾਈ ਮੇਰੀ ਇਹਨਾਂ ਗੱਲ ਪਾ ਲਈ। ਉਹਨਾਂ ਆਖਿਆ ਬਾਬਾ ਜੀ ਮੁਤਮਿਨ ਹੋ ਕੇ, ਤੁਹਾਡੇ ਵਾਲਾ ਹੱਥ ਵੀ ਨਹੀਂ ਕੋਈ ਆਏਗਾ, ਮੈਨੂੰ ਨਾ ਬਚਾ ਕੇ ਮਹਿਫੂਜ਼ ਬਜਾੜਾ 'ਤੇ ਪਹੁੰਚਾ ਦਿੱਤਾ। ਠੀਕ ਤੀਸਰੇ ਦਿਨ ਉਹ ਹੀ ਮੇਰਾ ਦੁਸ਼ਮਣ ਬਜਾੜਾ 'ਤੇ ਪੜ ਗਿਆ, ਸ਼ਾਹ ਮਾਫ਼ੀ ਦੇ ਦੇ, ਕੌਣ ਹੈ ਤੂੰ? ਉਹ ਜਿਹੜਾ ਇਮਰਾਨ ਅਲੀ ਤੇਰੇ ਹੱਥੀਂ ਪਿਆ। ਮੈਂ ਕਿਹਾ ਮੈਂ ਨਹੀਂ, ਸੰਟਬਰ ਆ ਗਿਆ, ਬਰਾਦਰੀ ਲੈ ਕੇ ਆ ਗਿਆ, ਅਤੇ ਮਿਹਰਬਾਨੀ ਕਰ, ਗਲਤੀ ਹੋ ਜਾਂਦੀ, ਮਾਫ਼ੀ ਦੇ। ਹੁਣ ਜੇ ਮੇਰੇ 'ਚ ਇਨਸਾਨੀਅਤ ਦੀ ਰਮਕ ਬਾਕੀ ਹੈ ਅਤੇ ਫਿਰ ਮੈਂ ਕਿਹਾ ਹੁਣ ਰਾਜ਼ੀ ਨਾ ਵਾਂ, ਮੇਰੇ ਕੋਲ ਨਹੀਂ ਮਲਕਾਂ ਕੋਲ ਹੀ। ਕਾਨੂੰਨ ਅਸੂਲ ਹੀ ਹੈ ਨਾ, ਤੇਰਾ ਰਾਜ਼ੀਨਾਮਾ ਹੁਣ ਮੇਰੇ ਹੱਲ। ਉਹਨਾਂ ਆਖਿਆ ਦੁਸ਼ਮਣੀ ਤੇਰੀ ਮੇਰੀ ਹੈ, ਬਾਦਸ਼ਾਹ ਹੀ ਪਿਆ ਕਰਨਾ, ਤ੍ਰੀਜਾ ਬੂਹਾ ਕਿਉਂ ਖਾਣਾ? ਮੈਂ ਆਖਿਆ ਉਸ ਵਕਤ ਤੱਕ ਤੇਰੀ ਮੇਰੀ ਹੈ ਜਦ ਤੱਕ ਤੂੰ ਮੈਂ ਡਾਇਰੈਕਟ ਹੈ। ਹੁਣ ਵਿੱਚ ਉਹ ਆ ਗਏ, ਉਹਨਾਂ ਸੱਟਾਂ ਖਾਧੀਆਂ, ਉਹਨਾਂ ਕੱਪੜੇ ਪੜਵਾਏ ਨੇ, ਉਹਨਾਂ ਦੇ ਖੂਨ ਨਿਕਲੇ ਨੇ, ਅਤੇ ਮਜਮਾ ਹੀ ਬੰਦੇ ਵੇਖਣ ਵਾਲੇ ਨੇ, ਬੰਦੇ ਆਉਣੇ, ਸ਼ਾਹ ਜ਼ਾਕਰ ਠੀਕ ਹੈ, ਉਂਝ ਕੋਈ ਨਹੀਂ। ਉਹ ਰਾਜ਼ੀਨਾਮਾ ਦੇਣ ਲੱਗਿਆ ਮਲਕਾਂ ਨੂੰ ਪੁੱਛੇ ਨਹੀਂ, ਗਰੀਬ ਉਹਦੇ ਪਿੱਛੇ ਲੜਾਈਆਂ ਲੜਦੇ ਰਹੇ। ਮੈਂ ਆਖਿਆ ਮੇਰਾ ਤੇਰਾ ਰਾਜ਼ੀਨਾਮਾ ਖਤਮ, ਇੱਕੋ ਹੀ ਤਰੀਕੇ ਹੀ, ਇਮਰਾਨ ਵਾਲੀ ਤੁਰ ਜਾ, ਮਲਕਾਂ ਦਾ ਪੈਰ ਫੜ ਲੈ, ਉਹਨਾਂ ਦਾ ਬੂਹਾ ਜਾ ਕੇ ਪੱਟ ਲੈ, ਉਹ ਫੋਨ ਕਰਨ ਸ਼ਾਹ ਮੈਂ ਰਾਜ਼ੀ ਹਾਂ, ਮੈਂ ਇੱਥੇ ਹੀ ਰਾਜ਼ੀ ਹਾਂ, ਮੇਰਾ ਲਾ ਵੀ ਨਾ, ਉਹਨਾਂ ਨੂੰ ਰਾਜ਼ੀ ਕਰ ਲੈ, ਉਹ ਰਾਜ਼ੀ ਅਤੇ ਮੈਂ ਰਾਜ਼ੀ, ਉਹ ਨਾਰਾਜ਼ ਅਤੇ ਮੈਂ ਨਾਰਾਜ਼। ਉਹਨਾਂ ਆਖਿਆ ਮਿਹਰਬਾਨੀ ਕਰ ਸ਼ਾਹ, ਤੇਰੇ ਘਰ ਆਇਆ। ਮੈਂ ਆਖਿਆ ਨਹੀਂ, ਇਨਸਾਨੀਅਤ ਨਹੀਂ ਰਹਿੰਦੀ, ਇੱਥੇ ਆਵਾਜ਼ ਏ ਕੁਦਰਤ ਆਈ, ਪੈਰੀ ਪਏ ਲਾ ਨਾ ਸੀਨੇ ਨਾਲ, ਦੇ ਨਾ ਰਾਜ਼ੀ ਨਾ। ਮੈਂ ਆਖਿਆ ਮੇਰਾ ਲਾ, ਮੇਰੀ ਇਨਸਾਨੀਅਤ 'ਤੇ ਹਰਫ ਆਉਂਦਾ, ਮਲਕਾਂ ਦੇ ਬਾਰੋ ਬਾਰ ਫਰਮਾਇਆ, ਜਿਵੇਂ ਤੂੰ ਆਪਣੇ ਮੌਸਮ ਦੇ ਬਾਰੋ ਬਾਰ ਦੁਸ਼ਮਣ ਨੂੰ ਗੱਲ ਨਹੀਂ ਲਾਉਂਦਾ, ਮੈਂ ਤੇਰੀਆਂ ਬਾਤਾਂ ਕਬੂਲ ਕਰ ਜਾਂ, ਮੇਰੀ ਅਦਾਲਤ ਹੀ ਨਹੀਂ ਰਹਾ ਹੈ। ਹਾਏ ਹਾਏ ਹਾਏ, ਉੱਚਾ ਬੋਲੋ ਸਾਰੇ ਹੱਕ ਬੋਲਣ ਹੈ ਦਰੀਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਵੈਰ ਮੇਰਾ ਆਲੇ ਮੁਹੰਮਦ ਗੱਲ ਪਾਇਆ, ਦੁਸ਼ਮਣੀ ਮੇਰੀ ਏ, ਉਹਨਾਂ ਆਪਣੇ ਗੱਲ ਪਾ ਰਹੀ ਹੈ, ਵੱਟੇ ਮੇਰੇ ਅਣ ਜਲਦੇ ਰਹੇ ਨੇ, ਮੇਰੇ ਤੱਕ ਤਾਂ ਪਹੁੰਚਦਾ ਕੋਈ ਨਾ, ਇਹਨਾਂ ਦੀ ਜ਼ਾਤੀ ਕੋਈ ਗਲਤੀ ਦੁਸ਼ਮਣੀ ਨਹੀਂ, ਇਹ ਤਾਂ ਮੇਰੇ ਦੀਨ ਪਿੱਛੇ ਮਰਦੇ ਰਹੇ, ਇਹਨਾਂ ਮੇਰੇ ਦੀਨ ਪਿੱਛੇ ਪੁੱਤਰ ਵੀ ਮਰਵਾ ਲਏ, ਧੀਆਂ ਵੀ ਮਰਵਾ ਲਏ, ਕੀ ਮੈਂ ਦਿੱਤੇ ਆਲੇ ਮੁਹੰਮਦ ਨੂੰ? ਸਿਰਫ ਇਹ ਆਖਿਆ ਪੁਲਿਸ ਰਾਹ 'ਤੇ ਬਹਿ ਜਾ,
जिदी वारे कबूल करी जिदी नहीं कबूल ना करी। तू इतना जाहिल है तू इस घर नाल प्यार नहीं करना चाहता। लगदे पिछे बंदे पुत्र मरवांदे ने, कोई लगदा वेखा जरा किसे लगदे पिछे धी मरवा ले। अली ओ मुहाफज दीन है जिस मेरे दीन पिछे पुत्र भी मरवाए नहीं। अली नहीं पुत्र मोया परदेश नहीं बोलता इमरान अली आलिया अली नहीं परदेश मरवा दे। जुर्म साबित कर अली अमीर अल मोमिनीन का जुर्म मुहाफज रिसालत है मुहाफज दीन है खुदा है। चुन चुन के बंदे बदले ले मेरे बादशाह हुसैन जरा मदीना छोड़ रहे ने इकतदार वास्ते तख्तो ताज वास्ते तख्तों वास्ते कोई चौं साल दियां लैके निकलना करो इकतदार की खातर कोई अठारह दिन का पुत्र लैके निकल पाता है सब तो ही दी खातर कर रहे हैं उसके दीन की दी बका की खातर। खुदा आले मुहम्मद दे बार बार साड़ी इबादत कबूल कर जे फिर अल्लाह दी अदालत ते हरफ आ जाएगा। जिस उन्होंने पिछे कुंभे मरवा दिते ने राजीनामे दे टाइम उन्होंने पूछे कोई नहीं उसकी अदालत दा ऐन तकाज़ा है जितना आले मुहम्मद नू राजी करेंगे उतना खुदा राजी होगा जितना आले मुहम्मद नू नाराज करेंगे उतना तौहीद नाराज होगा। सैयद आलू नाराज ना करना।